ਸੈਰ ਕਰਦਾ ਹੋਇਆ ਜਾ ਰਿਹਾ ਸੀ ਤਾਂ ਉਸ ਵੇਲੇ ਉਸ ਨੂੰ ਦੋ ਨੌਜਵਾਨਾਂ ਵੱਲੋਂ ਰੋਕ ਕੇ ਲੁੱਟ ਦਾ ਸ਼ਿਕਾਰ ਬਣਾ ਲਿਆ ਗਿਆ। ਕਿੰਨੇ ਜਾਣੇ ਹੋ? ਉਹ 3 ਜਾਣੇ ਸੀ। ਮੋਟਰਸਾਈਕਲ ਦੇ ਕਿੰਨੇ ਹੋ? ਅਮਾਉਂਟ ਕਿੰਨੀ ਟੋਟਲ? ਕਿੰਨੇ ਪੈਸੇ ਲੈ ਕੇ? ਮੇਰੇ 9000 ਰੁਪਈਆ, 9000 ਰੁਪਈਆ ਸੀਗਾ ਕਿਉਂਕਿ ਮੈਨੂੰ 2 ਦਿਨ ਪਹਿਲੇ ਫੈਕਟਰੀ ਵਿੱਚ ਸੈਲਰੀ ਮਿਲੀ ਸੀਗੀ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਇੱਕ ਨੌਜਵਾਨ ਦੇ ਹੱਥ ਦੇ ਵਿੱਚ ਗੰਡਾਸੀ ਸੀ। ਉਸ ਗੰਡਾਸੀ ਨੂੰ ਤਾਂ ਇਸ ਨੌਜਵਾਨ ਨੇ ਫਿਰ ਵੀ ਪਕੜ ਲਿਆ, ਲੇਕਿਨ ਦੂਸਰਾ ਨੌਜਵਾਨ ਜਿਹੜਾ ਨਾਲ ਸੀਗਾ ਉਸ ਦੇ ਹੱਥ ਦੇ ਵਿੱਚ ਦਾਤ ਸੀ। ਇੱਕ ਗੰਡਾਸੀ ਸੀਗੀ ਜਿਹਨਾਂ ਪਿੱਛੇ ਲੱਕੜ ਲੱਗੀ ਹੁੰਦੀ ਹੈ ਅਤੇ ਇੱਕ ਪਿੱਛੇ ਟਕੂਆ ਲੈ ਕੇ ਖੜਾ ਸੀਗਾ। ਜਦੋਂ ਮੈਂ ਰੌਲਾ ਪਾਇਆ ਉਹਨਾਂ ਨੇ ਟਕੂਆ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਪਿੱਛੇ ਵਾਲੇ ਨੇ। ਇਹਨਾਂ ਲੁਟੇਰਿਆਂ ਨੇ ਇਸ ਵਿਅਕਤੀ ਕੋਲੋਂ ਇੱਕ ਸੋਨੇ ਦੀ ਚੈਨ ਅਤੇ ਕੁਝ ਨਗਦੀ ਅਤੇ ਇਹਦਾ ਪਰਸ ਖੋਹ ਲਿਆ। ਪਰਸ ਦੇ ਵਿੱਚ ਉਹਨਾਂ ਨੇ 9000 ਰੁਪਇਆ, ਸੋਨੇ ਦੀ ਚੈਨ, ਇਹਨਾਂ ਦਾ ਮੋਬਾਈਲ ਵਗੈਰਾ ਉਹਨਾਂ ਨੇ ਖੋਹ ਲਿਆ। ਅਤੇ ਅਸੀਂ ਮੌਕੇ 'ਤੇ ਆਏ ਹਾਂ, ਆਈ ਓ ਨੂੰ ਅਸੀਂ SSO ਸਾਹਿਬ ਨੂੰ, ਆਈ ਓ ਸਾਹਿਬ ਨੂੰ ਫੋਨ ਕੀਤਾ, ਉਹ ਵੀ ਮੌਕੇ 'ਤੇ ਆ ਰਿਹਾ 2 ਦਿਨ ਤੱਕ, ਅਤੇ ਆਪਾਂ ਇਹਨਾਂ ਦੀ ਕੰਪਲੇਂਟ ਰੱਦ ਕਰਾਂਗੇ। ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿੱਥੇ ਕਹਿ ਰਹੇ ਕਿ ਬਿਲਕੁਲ ਬਦਤਰ ਹੋ ਗਈ ਹੈ, ਉਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਜਲੰਧਰ ਤੋਂ। ਅੱਜ ਤੜਕ ਸਾਰੀ ਸੈਰ ਕਰ ਰਹੇ ਵਿਅਕਤੀ ਦੀ ਲੁੱਟ ਹੋ ਜਾਂਦੀ ਹੈ, ਉਹ ਵੀ ਨਾਕੇ ਤੋਂ ਮਹਿਜ ਕੁਝ ਹੀ ਦੂਰੀ ਦੇ ਉੱਪਰ। ਇਹ ਕੁਝ ਅਸੀਂ ਨਹੀਂ ਕਹਿ ਰਹੇ, ਇਹ ਕੁਝ ਉਹ ਵਿਅਕਤੀ ਕਹਿ ਰਿਹਾ ਜਿਹਦੇ ਨਾਲ ਲੁੱਟ ਹੋਈ ਹੈ। ਇਹ ਵਿਅਕਤੀ RSS ਦਾ ਇੱਕ ਮੈਂਬਰ ਦੱਸਿਆ ਜਾ ਰਿਹਾ, ਜੋ ਕਿ ਸਵੇਰੇ ਸੈਰ ਕਰਦਾ ਹੋਇਆ ਜਾ ਰਿਹਾ ਸੀ ਤਾਂ ਉਸ ਵੇਲੇ ਉਸ ਨੂੰ 2 ਨੌਜਵਾਨਾਂ ਵੱਲੋਂ ਰੋਕ ਕੇ ਲੁੱਟ ਦਾ ਸ਼ਿਕਾਰ ਬਣਾ ਲਿਆ ਗਿਆ। ਇਹ ਵਿਅਕਤੀ ਨੇ ਦੱਸਿਆ ਕਿ ਮੈਂ ਜਦੋਂ ਜਾ ਰਿਹਾ ਸੀ ਤਾਂ ਮੋਟਰਸਾਈਕਲ ਉੱਪਰ 2 ਨੌਜਵਾਨ ਆਏ ਅਤੇ ਉਹਨਾਂ ਵੱਲੋਂ ਮੇਰੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਇੱਕ ਨੌਜਵਾਨ ਦੇ ਹੱਥ ਦੇ ਵਿੱਚ ਗੰਡਾਸੀ ਸੀ। ਉਸ ਗੰਡਾਸੀ ਨੂੰ ਤਾਂ ਇਸ ਨੌਜਵਾਨ ਨੇ ਫਿਰ ਵੀ ਪਕੜ ਲਿਆ, ਲੇਕਿਨ ਦੂਸਰਾ ਨੌਜਵਾਨ ਜਿਹੜਾ ਨਾਲ ਸੀਗਾ ਉਸ ਦੇ ਹੱਥ ਦੇ ਵਿੱਚ ਦਾਤ ਸੀ। ਦਾਤ ਦੇ ਵਾਰ ਤੋਂ ਬਚਣ ਵਾਸਤੇ ਇਸ ਨੇ ਆਪਣਾ ਬਚਾਓ ਕੀਤਾ ਅਤੇ ਇਸੇ ਦਰਮਿਆਨ ਇਹਨਾਂ ਲੁਟੇਰਿਆਂ ਨੇ ਇਸ ਵਿਅਕਤੀ ਕੋਲੋਂ ਇੱਕ ਸੋਨੇ ਦੀ ਚੈਨ ਅਤੇ ਕੁਝ ਨਗਦੀ ਅਤੇ ਇਹਦਾ ਪਰਸ ਖੋਹ ਲਿਆ, ਐਸਾ ਇਸ ਵਿਅਕਤੀ ਦਾ ਕਹਿਣਾ ਹੈਗਾ। ਜਦੋਂ ਇਸ ਸਭ ਦੇ ਬਾਰੇ ਪੁਲਿਸ ਨੂੰ ਇਤਲਾਹ ਕੀਤੀ ਗਈ ਤਾਂ ਪੁਲਿਸ ਪਹੁੰਚ ਗਈ। ਇਸ ਸਭ ਦੇ ਵਿੱਚ ਇੱਕ ਤਸਵੀਰ ਹੋਰ ਸਾਹਮਣੇ ਨਿਕਲ ਕੇ ਆਈ ਕਿ ਇਹ ਸਾਰਾ ਕੁਛ ਨਸ਼ਿਆਂ ਕਾਰਨ ਹੋ ਰਿਹਾ। ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਕਾਰਨ ਨਸ਼ਾ ਦੱਸਿਆ ਜਾ ਰਿਹਾ। ਜਦੋਂ ਉੱਥੇ ਕੈਮਰਾਮੈਨ ਰਿਕੋਰਡਿੰਗ ਕਰ ਰਹੇ ਸਨ ਜਾਂ ਆਸ ਪਾਸ ਦੀ ਰਿਕੋਰਡਿੰਗਾਂ ਦੇਖੀਆਂ ਜਾ ਰਹੀਆਂ ਸਨ ਤਾਂ ਉਸ ਵੇਲੇ ਲੋਕ ਸ਼ਰੇਆਮ ਕਹਿ ਰਹੇ ਸੀਗੇ ਕਿ ਇੱਥੇ ਚਿੱਟਾ ਸ਼ਰੇਆਮ ਵਿਕਦਾ। ਸੋ ਤਸਵੀਰਾਂ ਵਿੱਚ ਤੁਸੀਂ ਵੇਖੋ ਕਿਸ ਤਰ੍ਹਾਂ ਜਿਹੜੇ ਰਾਹ ਗਿਣਦੇ ਆਸ ਪਾਸ ਦੇ ਲੋਕ ਨੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇੱਥੇ ਸ਼ਰੇਆਮ ਨਸ਼ਾ ਵਿਕਦਾ। ਸਾਹਮਣੇ ਖੰਡਰ ਪਈ ਬਿਲਡਿੰਗ ਦੀ ਧਿਆਨ ਨਾਲ ਤਲਾਸ਼ੀ ਕੀਤੀ ਜਾਵੇ ਤਾਂ ਉਹਦੇ ਅੰਦਰੋਂ ਇੰਜੈਕਸ਼ਨ ਵੀ ਮਿਲਣਗੇ, ਇਹ ਗੱਲਾਂ ਵੀ ਕਹੀਆਂ ਜਾ ਰਹੀਆਂ ਨੇ। ਲੁੱਟ ਦੀ ਅੰਜਾਮ ਅੱਜ ਸਵੇਰੇ 6 ਵਜੇ ਦੇ ਕਰੀਬ ਹੋਈ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪੁਲਿਸ ਦੇ ਉੱਪਰ ਹੀ ਇਲਜ਼ਾਮ ਜੜ ਦਿੱਤਾ ਲੁੱਟ ਦਾ ਸ਼ਿਕਾਰ ਹੋਏ ਵਿਅਕਤੀ ਨੇ ਕਿ ਪੁਲਿਸ ਦੇ ਇਲਾਕੇ ਤੋਂ ਕੁਝ ਹੀ ਦੂਰੀ ਦੇ ਉੱਪਰ ਵਾਰਦਾਤ ਹੋ ਜਾਂਦੀ ਹੈ ਤਾਂ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਜਾਏਗੀ। ਤੁਸੀਂ ਵੇਖੋ ਤਸਵੀਰਾਂ ਕਿਸ ਤਰ੍ਹਾਂ ਲੁੱਟ ਦਾ ਸ਼ਿਕਾਰ ਹੋਇਆ ਵਿਅਕਤੀ ਦੱਸ ਰਿਹਾ ਕਿ ਮੈਨੂੰ ਨੌਜਵਾਨਾਂ ਨੇ ਲੁੱਟਿਆ। ਮੈਨੂੰ ਤਾਂ ਗੱਲਾਂ ਤੋਂ ਵੀ ਨਸ਼ੇੜੀ ਲੱਗਦੇ ਸੀਗੇ, ਪਰ ਉਹਨਾਂ ਨੇ ਬੜੇ ਜ਼ੋਰ ਨਾਲ ਬੜੇ ਮਤਲਬ ਮੈਂ ਰੋਲਾ ਵੀ ਪਾਇਆ, ਮੈਂ ਇਹ ਵੀ ਕਿਹਾ ਵੀ ਰੁਕ ਜਾਓ ਭਾਜੀ ਮੈਨੂੰ ਅੱਡ ਰਾਈਓ, ਕਿਸੇ ਹੋਰ ਨੂੰ ਮੈਂ ਆਵਾਜ਼ਾਂ ਮਾਰੀਆਂ, ਕੋਈ ਨਹੀਂ ਰੁਕਿਆ। ਉੱਥੋਂ ਹੀ ਉਹ ਗਾਂਹ ਚਲ ਗਏ, 2 ਮੇਰੇ ਕੋਲੋਂ ਕਾਰਾਂ ਵੀ ਸਾਡੇ ਕੋਲੋਂ ਲੰਘ ਗਈਆਂ, ਪਰ ਕੋਈ ਨਹੀਂ ਰੁਕਿਆ। ਟੋਟਲ ਕਿੰਨੇ ਜਾਣੇ ਹੋ? ਉਹ 3 ਜਾਣੇ ਸੀ। ਮੋਟਰਸਾਈਕਲ ਦੇ ਕਿੰਨੇ ਹੋ? ਅਮਾਉਂਟ ਕਿੰਨੀ ਟੋਟਲ? ਕਿੰਨੇ ਪੈਸੇ ਲੈ ਕੇ? ਮੇਰੇ 9000 ਰੁਪਈਆ, 9000 ਰੁਪਈਆ ਸੀਗਾ ਕਿਉਂਕਿ ਮੈਨੂੰ 2 ਦਿਨ ਪਹਿਲੇ ਫੈਕਟਰੀ ਵਿੱਚ ਸੈਲਰੀ ਮਿਲੀ ਸੀਗੀ, ਉਹ ਕੱਲ੍ਹ ਅਸੀਂ ਕਿਤੇ ਗਏ ਤਾਂ ਉਹ ਸੈਲਰੀ ਜੇਬ 'ਚ ਸੀਗੀ,
ਤੇ ਉਹ ਮੈਂ ਕੱਢੀ ਨਹੀਂ ਗਈ, ਮੇਰੇ ਕੋਲ ਘਰ ਰੱਖੀ ਨਹੀਂ ਗਈ। ਇਕੱਲੇ ਪੈਸੇ ਲੈ ਗਏ ਕਿ ਫੋਨ ਵਗੈਰਾ ਵੀ? ਫੋਨ ਵੀ ਲੈ ਗਏ ਸਰ। ਕੰਮ ਕੀ ਕਰਦੇ ਭਾਜੀ ਜੀ ਤੁਸੀਂ? ਮੈਂ ਫੈਕਟਰੀ ਜੋਬ ਕਰਦਾ ਜੀ। ਕਿਹੜੀ ਜਗ੍ਹਾ? ਮੈਂ ਸਰਜੀਕਲ ਕੰਪਲੈਕਸ ਕਾ ਜੋਬ ਕਰਦਾ। ਅੱਜ ਇੱਥੇ ਗੱਲ ਕੀ ਹੋਈ ਹੈ ਪੂਰੀ ਮਾਮਲਾ ਦੱਸੋ। ਸੋ ਲਗਾਤਾਰ ਤਸਵੀਰਾਂ ਦਿਖਾ ਰਿਹਾ ਤਾਂ ਉਹ ਦਿਨ ਚੜਦੇ ਆ। ਅੱਜ ਕਿਹੜੀ ਜਗ੍ਹਾ ਤੋਂ ਕਿੱਥੇ ਆ ਰਹੇ ਸੀ? ਅੱਜ ਸਰ ਮੈਂ ਘਰੋਂ, ਸਾਡਾ ਨਾ ਪ੍ਰੋਗਰਾਮ ਸੀ, ਮੈਂ ਹਰ ਵੀਰਵਾਰ ਨਕੋਦਰ ਜਾਣਾ ਵਾਂ। ਠੀਕ ਹੈ ਜੀ। ਨਕੋਦਰ ਮੇਰਾ ਦੋਸਤ ਮੇਰੇ ਨਾਲ ਜੋਬ ਕਰਦੇ ਆ, ਤੇ ਉਹਨਾਂ ਨੂੰ ਮੈਂ ਇੱਥੋਂ ਬਸਤੀ ਦਾਂਚਵੰਦਾ ਤੋਂ, ਰਵੀ ਜੀ ਆ, ਇਹਨਾਂ ਨੂੰ ਮੈਂ ਇੱਥੋਂ ਪਿਕ ਕਰਨਾ ਸੀਗਾ, ਤੇ ਉਹ ਫਿਰ ਮੈਂ ਬਸਤੀ ਗੁਜਰਾਂ ਤੋਂ ਆਪਣੇ ਦਾਂਚਵੰਦਾ ਨੂੰ ਆਇਆ, ਤੇ ਮੈਂ ਉਹਨਾਂ ਨੂੰ ਬਾਬੇ ਬਾਲਕਨਾਥ ਮੰਦਿਰ ਕੋਲ ਜ਼ਰੂਰ ਦੇਖਿਆ। ਉਹ ਤਿੰਨ ਬਾਈਕ 'ਤੇ ਸੀ, ਤਿੰਨ ਜਣੇ ਮੂੰਹ ਮਾਲ ਭੇਟਿਆ ਦਾ ਜੀ। ਮੋਟਰਸਾਈਕਲ ਦਾ ਨੰਬਰ ਸਰ ਨੇਰੇ ਮੈਨੂੰ ਉੱਥੋਂ ਤਾਂ ਪਤਾ ਨਹੀਂ ਸੀ ਵੀ ਮੋਟਰਸਾਈਕਲ ਦਾ ਨੰਬਰ ਮੈਨੂੰ। ਕਿੰਨੇ ਵਜੇ ਦਾ ਟਾਈਮ ਸੀ? ਇਹ 6:10 ਘੱਟ ਇੱਥੇ ਉਹਨਾਂ ਨੇ ਰੋਕ ਲਿਆ ਸੀ, 6:00 ਮੈਂ ਆਪਣੇ ਘਰੋਂ ਚਲਿਆ ਸੀਗਾ ਬਸਤੀ ਗੁਜਰਾਂ ਤੋਂ। ਤੇ ਗੰਡਾਸੀ ਉਹ ਮਾਰਨ ਟੱਪੂਆ ਮਾਰਨ ਲੱਗੇ ਸੀਗੇ, ਜਦੋਂ ਮੈਂ ਉਹਨਾਂ ਦੀ ਗੰਡਾਸੀ ਪਕੜੀ ਅੱਗੋਂ, ਗੰਡਾਸੀ ਮੈਂ ਪਕੜ ਲਈ ਸੀਗੀ, ਹਾਂਜੀ, ਤੇ ਉਹਨਾਂ ਨੇ ਫਿਰ ਟੱਪੂਆ ਕੱਢਿਆ ਤੇ ਕਟੂਆ ਮੇਰੇ ਰੱਖ ਦਿੱਤਾ, ਕਹਿੰਦਾ ਮੈਂ ਮਾਰ ਦੇਣਾ, ਚੁੱਪ ਕਰ, ਰੋਲਾ ਨੀ ਪਾਣਾ। ਗੌਰ ਕਰਨ ਜਿਸ ਤਰ੍ਹਾਂ ਉਹਨਾਂ ਨੇ ਪਹਿਲੇ ਕਾਰਵਾਈਆਂ ਪਾਈਆਂ ਨੇ ਇਸ ਏਰੀਏ ਦੇ ਵਿੱਚ, ਪਹਿਲਾਂ ਵੀ ਲੁੱਟ ਖੋ ਹੋ ਚੁੱਕੇ ਇਸ ਜਗ੍ਹਾ ਦੇ ਵਿੱਚ, ਮੇਰੀ ਬਾਈਕ ਪੰਚਰ ਸੀ, ਕਹਿੰਦੇ ਸੀ ਮੇਰੇ ਨਾਲ ਚੱਲਣਾ, ਤਾਂ ਮੈਂ ਸਾਢੇ ਛੇ ਫੋਨ ਕੀਤਾ ਅੰਕਲ। ਜਿਹੜੇ ਤਿੰਨ ਜਣੇ ਤੁਸੀਂ ਗੇਅਰ ਉਹਨਾਂ ਨੂੰ ਕੁੱਟਮਾਰ ਕੀਤੀ ਵੀ ਤੁਹਾਡੇ ਨਾਲ ਗਾਲੀ ਗਲੋਚ? ਨਹੀਂ ਸਰ, ਇਹ ਨਾਲ ਨਹੀਂ ਸੀ ਹੈਗੇ, ਮੈਂ ਇਹਨਾਂ ਨੂੰ ਅਜੇ ਲੈਣਾ ਸੀ ਅਜੇ ਦਾਂਚਵੰਦਾ ਤੋਂ। ਗਾਲੀ ਗਲੋਚ ਜਾਂ ਕੁੱਟਮਾਰ ਵੀ ਤੁਹਾਡੇ ਨਾਲ? ਸਰ ਕੁੱਟਮਾਰ ਉਹ ਕਰਨ ਲੱਗੇ ਸੀ, ਮੈਂ ਉਹਨਾਂ ਦੇ ਹੱਥੇ ਹੱਥ ਵੀ ਜੋੜੇ, ਮੈਂ ਕਿਹਾ ਵੀ ਮੈਨੂੰ ਮਾਰੋ ਨਾ। ਹਥਿਆਰ ਕਿਹੜਾ ਸੀ ਉਹਨਾਂ ਕੋਲ? ਇੱਕ ਗੰਡਾਸੀ ਸੀਗੀ ਜਿੰਨਾ ਪਿੱਛੇ ਲੱਕੜ ਲੱਗੀ ਹੁੰਦੀ ਆ, ਤੇ ਇੱਕ ਪਿੱਛੇ ਟਕੂਆ ਲੈ ਕੇ ਖੜਾ ਸੀਗਾ। ਜਦੋਂ ਮੈਂ ਰੋਲਾ ਪਾਇਆ, ਉਹਨਾਂ ਨੇ ਟਕੂਆ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਪਿੱਛੇ ਵਾਲੇ ਨੇ, ਤੇ ਬਾਕੀ ਜਿਹੜਾ ਤੀਸਰਾ ਸੀਗਾ ਉਹ ਮੇਰੀ ਬਸ ਪਰਸ ਪਿੱਛੋਂ ਪਰਸ ਹੀ ਕੱਢਦਾ ਰਿਹਾ। ਆਪਣਾ ਨਾਮ ਦੱਸ ਦੋ। ਮੇਰਾ ਨਾਮ ਵਿਜੇ ਕੁਮਾਰ, ਕਿਹੜੀ ਜਗ੍ਹਾ ਦੇ ਰਹਿਣ ਵਾਲੇ? ਮੈਂ ਬਸਤੀ ਗੁਜਰਾਂ ਤੋਂ ਰਹਿਣਾ। ਟੋਟਲ ਕਿੰਨੇ ਦਾ ਸਮਾਨ ਲੈ ਗਏ ਸਰ? ਸਾਨੂੰ 12 ਦੇ ਕਾਲ ਆਈ ਸੀ, ਅਸੀਂ RSS ਸ਼ਾਖਾ ਡਿਊਟੀ 'ਤੇ ਸੀਗੇ, ਅਤੇ ਸਵੇਰੇ 6:00 ਤੋਂ 7:30 ਤੱਕ ਉੱਥੇ ਲੱਗਾ ਪਾਰਟਨ ਦੀ ਡਿਊਟੀ ਲੱਗਦੀ ਹੈ, ਅਤੇ ਕੰਟਰੋਲ ਤੋਂ ਸਾਨੂੰ ਕਾਲ ਆਈ ਵੀ ਸਨੈਚਿੰਗ ਹੋਈ ਆ, ਅਸੀਂ ਮੌਕੇ 'ਤੇ ਆਏ ਹਾਂ। ਅਤੇ ਭਾਜੀ ਵਿਜੇ ਕੁਮਾਰ ਹੁਣੀ ਬਸਤੀ ਗੁਜਰਾਂ ਤੋਂ ਆਏ, ਮੋਚੀ ਮੁਹੱਲੇ ਦੇ ਰਹਿਣ ਵਾਲੇ ਜੀ, ਅਤੇ ਇਹਨਾਂ ਨੇ ਦੱਸਿਆ ਵੀ ਬੰਦਿਆਂ ਨੇ, ਤਿੰਨ ਬੰਦਿਆਂ ਨੇ ਇਹਨਾਂ ਦਾ ਪਿੱਛਾ ਕਰ ਰਿਹਾ ਸੀ, ਪਿੱਛੇ ਰਹੋ ਪਿੱਛੇ ਕਰਕੇ ਆ ਰਹੇ, ਪਿੱਛਾ ਕਰ ਆਏ ਸੀ, ਅਤੇ ਇਹਨਾਂ ਨੂੰ ਘੇਰ ਕੇ ਇਹਨਾਂ ਨੇ ਕੋਲ ਬੱਸ ਦੇ ਵਿੱਚ ਇਹਨਾਂ ਦੇ 9000 ਰੁਪਇਆ, ਇੱਕ ਸੋਨੇ ਦੀ ਚੈਨ, ਇਹਨਾਂ ਦਾ ਮੋਬਾਈਲ ਵਗੈਰਾ ਉਹਨਾਂ ਨੇ ਖੋਲਿਆ, ਅਤੇ ਅਸੀਂ ਮੌਕੇ 'ਤੇ ਆਏ ਹਾਂ। ਆਈ ਓ ਨੂੰ ਅਸੀਂ SHO ਸਾਹਿਬ ਨੂੰ ਅਤੇ IO ਸਾਹਿਬ ਨੂੰ ਫੋਨ ਕੀਤਾ, ਉਹ ਵੀ ਮੌਕੇ 'ਤੇ ਆ ਰਿਹਾ ਥੋੜ੍ਹੀ ਦੇਰ ਤੱਕ, ਅਤੇ ਆਪਾਂ ਇਹਨਾਂ ਦੀ ਕੰਪਲੇਂਟ ਦਰਜ ਕਰਾਂਗੇ। ਅਤੇ ਹਥਿਆਰ ਵਗੈਰਾ ਹੈਗੇ ਇਹਨਾਂ ਕੋਲ? ਆਪਣੇ ਬੁਕਰਾ ਮਾਰ ਕੇ ਵਿੱਚ ਜੈਕਟਾਂ ਦੇ ਵਿੱਚ ਲਗੋ ਲੈਂਦੇ ਆ, ਮੂੰਹ ਬੰਨ ਕੇ ਆਉਂਦੇ ਆ, ਇਹ ਵੀ ਆ ਪਿੱਛੇ ਰਾਹ ਸਮੇਂ ਡੇਰੇ ਦੇ ਕੈਮਰੇ ਹੈਗੇ, ਅਸੀਂ ਚੈੱਕ ਕਰਦੇ ਹਾਂ। ਕਿਵੇਂ ਦੇ ਦਿਓ ਸਰ ਇੰਨੀ ਵੱਡੀ ਲੁੱਟ ਨੂੰ? ਨਸ਼ਾ ਕਿਉਂ ਨੀ ਬੰਦ ਹੋ ਰਿਹਾ?
ਨਸ਼ਾ ਤਸਕਰੀ ਜੇ ਬੰਦ ਹੋਊਗੀ ਤਾਂ ਹੀ ਜਿਹੜੇ ਬੰਦੇ ਨੇ ਵਾਰਦਾਤਾਂ ਨਾ ਕਰੂਗੇ। ਅੱਗੇ ਵੀ ਇਸ ਜਗ੍ਹਾ ਦੇ ਵਿੱਚ ਐਮ ਐਲ ਏ ਸਾਹਿਬ ਨੇ ਕਿਹਾ ਇੱਥੇ ਤਸਕਰ ਬਣਵਾਏ ਸੀ, ਅਸੀਂ ਇੱਥੋਂ ਬੰਦੇ ਫੜੇ ਸੀ, ਉਹਨਾਂ ਨੇ ਪਰਚਾ ਦਿੱਤਾ ਸੀ, ਆਹ ਗੱਡੀ ਫੜੀ ਸੀ ਐਮ ਐਲ ਏ ਸਾਹਿਬ। ਹਾਂਜੀ ਹਾਂਜੀ, ਬੰਦੇ ਤਿੰਨ ਚਾਰ ਫੜੇ ਸੀ ਜਿਹੜੇ ਇੱਥੇ ਨਸ਼ਾ ਵੇਚਦੇ ਸੀਗੇ ਤੇ ਉਹਨਾਂ ਨੇ ਫੜ ਕੇ ਪਰਚਾ ਵੀ ਦਿੱਤਾ ਸੀਗਾ। ਨਹੀਂ ਸਰ, ਪਰਚਾ ਨੂੰ ਉਹਨੂੰ ਛੱਡ ਦਿੱਤਾ ਗਿਆ ਸੀ। ਨਹੀਂ ਨਹੀਂ, ਇੱਕ ਬੰਦੇ ਦੇ ਪਰਚਾ ਸੀ ਜਿਹੜਾ ਮੇਨ ਜਿਹੜਾ ਵੇਚਦਾ ਸੀਗਾ ਉਹਦੇ ਜਿਹੜੇ ਇੱਥੇ ਦੇ ਬੰਦੇ। ਬਾਕੀ ਵੀ ਸਰ ਹਲੇ ਵੀ ਇੱਥੇ ਪੀਂਦੇ ਆ, ਕਿਉਂ ਇੱਥੇ ਰੌਣਕ ਨਹੀਂ ਲੱਗਦਾ ਜਾਂ ਕਿਉਂ ਰੌਣਕ ਬਣਾਇਆ ਨਹੀਂ ਜਾਂਦਾ? ਨਹੀਂ, ਰੌਣਕ ਤਾਂ ਪ੍ਰੋਪਰ ਲੱਗਦਾ ਪਰ ਸਾਨੂੰ ਇੱਥੇ ਕੋਈ ਮਿਲਦਾ ਨਹੀਂਗਾ ਜੀ। ਜਦੋਂ ਅਸੀਂ ਰੌਣਕ ਮਾਰਦੇ ਬੰਦੇ ਉਰੇ ਪਰੇ ਹੋ ਜਾਂਦੇ। ਜਿਹੜਾ ਇਹਦਾ ਗੇਟ ਹੈ ਜਾਂ ਕੁਛ ਵੀ ਬਿਲਡਿੰਗ ਦਾ, ਇਹ ਸਰ ਕਿੰਨਾ ਦਾ ਹੈਗਾ ਤੇ ਕਿਉਂ ਬੰਦ ਕਿਉਂ ਨਹੀਂ ਕਰਾਇਆ ਜਾਂਦਾ? ਕਿਉਂਕਿ ਇੱਥੋਂ ਹੀ ਬੰਦੇ ਐਂਟਰ ਹੁੰਦੇ, ਉੱਪਰ ਜਾ ਕੇ ਨਸ਼ਾ ਨਹੀਂ ਪਤਾ, ਪਰ ਸਾਨੂੰ ਇੰਨਾ ਜ਼ਰੂਰ ਪਤਾ ਵੀ ਅਸੀਂ ਇੱਥੇ ਚੱਕਰ ਜ਼ਰੂਰ ਲਾਈ ਦਾ। ਰਾਤ ਨੂੰ ਵੀ ਅਸੀਂ ਚੱਕਰ ਮਾਰੀ ਜਾਂਦੇ ਹਾਂ। ਪਹਿਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ? ਹਾਂਜੀ, ਪਹਿਲੀ ਕੀ ਕਾਰਵਾਈ ਕੀਤੀ ਜਾ ਰਹੀ? ਇਹ ਹੁਣ ਆਈਓ ਸਾਹਿਬ ਆ ਰਹੇ ਆ, ਇਹਨਾਂ ਨੂੰ ਕੰਪਲੇਂਟ ਦਰਜ ਕੀਤੀ ਜਾਊਗੀ ਤੇ ਸੀਸੀਟੀਵੀ ਕੈਮਰੇ ਦੇ ਆਪਣੇ ਨਾਲ ਲੈ ਜਾਈਏ। ਕੀ ਨਾਮ ਆਪਣਾ? ਮੇਰਾ ਨਾਮ ਕੀ ਹੈ? ਤੁਸੀਂ ਠੀਕ ਹੈ।